ਕਲੀਆਂ ਘੂੜੀਆਂ ਵਾਸਤੇ ਹੈ ਕਿ ਮੈਂ ਸਾਂ ਗਾਈਆਂ ਹੋਰ ਜਾਨਵਰ ਬੱਕਰੀਆਂ ਬੁੱਕਰੀਆਂ ਚ ਵੀ ਕੰਮ ਆ ਜਾਂਦੇ ਮੇਰੇ ਵੀਰ گاਵਾ ਮੱਜਾ ਜਿਹੜੀ ਕੋਈ ਮੱਜਾ ਰਹਿੰਦੀ ਨਾ ਹੋ ਗਾਰੰਟੀ ਆਪਣੀ ਕੋੜੀ ਰਹਿੰਦੀ ਨਾ ਉਹ ਗਾਰੰਟੀ ਦੇਗੀ ਵੀਰ ਜੀ ਠੀਕ ਹੈ ਇਹ ਮਰੋੜ ਫਲੀ ਪੇਗੀ ਉਹ ਸਪਰਿੰਗ ਜਿਹੜੇ ਮੈਂ ਕਹਿਆ ਸੀ ਮਰੋੜ ਹਾਂ ਇਹ ਡੋਡੀ ਪਨੀਰ ਡੋਡੀ ਪਨੀਰ ਆ ਗਿਆ 10 ਤੱਕ ਠੀਕ ਹੈ ਭਾਈ ਤੁਮਾ ਹੂੰ ਇਹ ਅੱਖ ਦੀ ਜੜ ਜਦ ਇਤਜਾਬ ਬਣ ਜਾ ਗੇਸ ਬਣ ਜਾ ਸਿਰ ਦੁਖਦਾ ਹਾਂ ਬੰਦਾ ਵੀ ਫੱਕੀ ਲੈ ਸਕਦਾ ਜਿਵੇਂ ਕੋਈ ਪਹਿਲੀ ਅੱਜ ਆਪਣੇ ਘਰੇ ਜੰਟਾ ਮਸਾਲੇ ਵਾਲਾ ਆਇਆ ਤੁਸੀਂ ਸਾਰੇ ਜਾਣਦੇ ਹੋ ਆਪਣੇ ਘੋੜੀਆਂ ਵਾਲੇ ਭਰਾਵਾਂ ਦੇ ਘਰੇ ਜਾ ਕੇ ਮਸਾਲਾ ਪੀ ਕੇ ਦੇ ਕੇ ਆਉਂਦਾ ਹੁੰਦਾ ਭਾਈ ਤੇ ਮਸਾਲਾ ਬੜਾ ਘੈਂਟ ਤਿਆਰ ਕਰਕੇ ਦਿੰਦਾ ਹੈ ਜਾਨਵਰਾਂ ਵਾਸਤੇ ਜਿਵੇਂ ਹੁਣ ਕਈ ਵਾਰੀ ਘੂੜੀਆਂ ਘੂੜੀ ਰਹਿੰਦੀ ਨਹੀਂ ਕੋਈ ਹੈਨਾ ਜਾਂ ਕਈ ਵਾਰੀ ਹੋਰ ਖਾਣੇ ਪੀਣੇ 'ਚ ਦਿੱਕਤ ਹੋ ਜਾਂਦੀ ਆ ਬੰਨ ਬੰਨ ਦੀ ਸ਼ਿਕਾਇਤ ਜਾਨਵਰਾਂ ਨੂੰ ਆਉਂਦੀ ਰਹਿੰਦੀ ਆ ਬੜਾ ਹਜਮੀ ਹੋ ਜਾਂਦੀ ਆ ਉਹਦੇ ਵਾਸਤੇ ਇਹ ਮਸਾਲਾ ਬਿਲਕੁਲ ਬੜਾ ਘੈਂਟ ਤਿਆਰ ਕਰਕੇ ਦਿੰਦਾ ਤੁਹਾਨੂੰ ਦੱਸਾਂਗੇ ਕੀ ਕੀ ਚੀਜ਼ਾਂ ਬਾਈ ਕੋਲੇ ਕਾਦੇ ਕਾਦੇ ਵਾਸਤੇ ਮਸਾਲਾ ਬਣਾ ਕੇ ਦਿੰਦਾ ਜਾਟੇ ਬਾਈ ਸਾਡੇ ਘਰੇ ਪધારਣ ਤੇ ਬਹੁਤ ਬਹੁਤ ਸਵਾਗਤ ਆ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਤੇ ਹੋਰ ਹੋਰ ਕਰੀ ਕਰੀ ਹੋਰ ਦੱਸੇ ਮਸਾਲਾ ਕਿੱਥੇ ਕਿੱਥੇ ਕੰਮ ਆਉਂਦਾ ਵੀਰੇ ਜਿਹਾ ਨਾ ਘੋੜੀ 24 ਘੰਟੇ ਪੱਟੇ ਖਾਂਦੀ ਹੂੰ ਇਹ ਬਾਹਰ ਪੇ ਤੁਰਨਾ ਫਿਰਨਾ ਨਹੀਂ ਹੁੰਦਾ ਹੂੰ ਦੇ ਘਰੇ ਰਹਿੰਦੀ ਘਰੇ ਬੰਨੀ ਰੱਖਦੇ ਆ ਸਹੀ ਗੱਲ ਜਿੰਮੇਦਾਰ ਦਾਣਾ ਵੱਧ ਪਾਉ ਜਾਂਦਾ ਹੂੰ ਉਹਨਾਂ ਦਾ ਹਾਜਮਾ ਨਹੀਂ ਬਣਦਾ ਹਾਜਮਾ ਨਹੀਂ ਬਣਦਾ ਘੋੜੀ ਦੇ ਬੰਦਗੀ ਸਿਕਾਤ ਦਰਦ ਦੀ ਸਿਕਾਰ ਪੋਟੋ ਦੀ ਸਿਕਾਤ ਰੇਸੇ ਦੀ ਸਿਕਾਰ ਜਿਹਦੇ ਮੇਰੇ ਵੀਰ ਘੋੜੀਏ ਲੀਦ ਦੇ ਸਾਥ ਮੈਂ ਪਾਣੀ ਮਾਰਦੀ ਹੂੰ ਉਹ ਨਹੀਂ ਮਾਰ ਸਕਦੀ ਇਹਦੇ ਮਸਾਲੇ ਜੇ ਸਹੀ ਹੈ ਜਿੰਮੇਤ ਜਿੰਮੇਦਾਰ 2 ਸੇ 4 ਸੇ 500 ਰੁਪਏ ਰੋਜ਼ ਦਾ ਦਾਣਾ ਪਾਉਂਦਾ ਛੋਲੇ ਪਾਰਾ ਜੋ ਪਾਰਾ ਫੀਡ ਵਾਲਾ ਹੂੰ ਦੇ ਵੀਰ ਉਹਦੀ ਲੋੜ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਜੇ ਉਹ ਜੇ ਆਪਾਂ ਕੋਈ ਬਣ ਕੇ ਹਰੇ ਦਾਣੇ ਦੇ ਨਾਲ ਕੋਈ 20000 ਰੁਪਿਆ ਦਾ ਡੇਲੀ ਦਾ ਮਸਾਲਾ ਵਿੱਚ ਐਡ ਕਰ ਦਾਂਗੇ ਤਾਂ ਜਾਨਵਰ ਪਤਾ ਨਹੀਂ ਕਿੰਨੀਆਂ ਇੱਕ ਬਿਮਾਰੀਆਂ ਤੋਂ ਬਚ ਰਹੂਗਾ ਬਸ ਇਹ ਇਹ ਵੀ ਗੱਲ ਆ ਕੱਲੀਆਂ ਘੋੜੀਆਂ ਵਾਸਤੇ ਆ ਕਿ ਮੈਸਾਂ ਗਾਇਆਂ ਹੋਰ ਜਾਨਵਰ ਬੱਕਰੀਆਂ ਬੁੱਕਰੀਆਂ ਵਿੱਚ ਵੀ ਕੰਮ ਆ ਜਾਂਦਾ ਮੇਰੇ ਪੀਰ گاਵਾ ਮੱਜਾ ਜਿਹੜੀ ਕੋਈ ਮੱਜਾ ਰਹਿੰਦੀ ਨਾ ਹੋ ਗਾਰੰਟੀ ਆਪਣੀ ਘੋੜੀ ਰਹਿੰਦੀ ਨਾ ਉਹ ਗਾਰੰਟੀ ਅਸੀਂ ਜੋ ਪਸ਼ੂ ਚੈੱਕ ਕਰ ਦਿੰਦੇ ਘੋੜੀ ਨੂੰ ਤੋਂ ਕਰਦੇ ਨੇ ਢਾਈ ਮਹੀਨੇ ਦਾ ਹੂੰ ਮੱਜਾਂ ਨੂੰ ਕਰ ਦਿੰਦੇ 40 ਦਿਨਾਂ ਦੀ ਠੀਕ ਹੈ ਭਾਈ ਗਾਵਾਂ ਨੂੰ ਕਰ ਦਿੰਦੀ 2 ਮਹੀਨੇ ਦੀ ਚੇਕ ਹੂੰ ਅਸੀਂ ਚੇਕ ਕਰਕੇ ਦਵਾਈ ਦਿੰਦੇ ਘੋੜੀ ਨੂੰ ਵੀ ਮੱਜਾਂ ਨੂੰ ਵੀ ਗਾਵਾਂ ਨੂੰ ਠੀਕ ਹੈ ਭਾਈ ਜੇ ਗੋ ਘੋੜੀ ਰੰਦੀ ਨਾ ਹੋ ਹੂੰ ਤੇ ਇਹ ਬੰਦੇ 'ਚ ਵੀ ਯਾਰ ਮਾੜਾ ਮੋਟਾ ਕੰਮ ਕਰਦਾ ਹੋਊਗਾ ਹਨਾ ਇਹ ਵੀ ਮਸਾਲਾ ਬੰਦੇ ਦੇ ਤਿਜਾਬ ਬਣ ਜਾ ਗੈਸ ਬਣ ਜਾ ਸਿਰ ਦੁਖਦਾ ਹੋ ਟਿਡਬਦਾ ਹੋ ਹੂੰ ਸ਼ੂਗਰ ਹੋ ਬਵਾਸੀਰ ਹੋ ਉਹਦੇ ਵਾਸਤੇ ਜਿਹੜਾ ਹਰੜੋਂਦੀ ਹੂੰ ਅਸੀਂ ਹਰੜੋਂਦੀ ਚਾਰਾ ਹਰੜਾ ਆਇਆ ਭਾਈ ਹੂੰ ਇਹ ਆਮਲੇ ਹੈ ਹੂੰ ਇਹ ਇਹ ਬਿਹੜਾ ਹੈ ਉਹ ਪੜਾ ਠੀਕ ਆ ਇਹ ਤ੍ਰਿਫਲਾ ਬੋਲਦੇ ਜਿੰਨੂੰ ਤ੍ਰਿਫਲਾ ਪੇਟ ਕੇ ਲਈ ਲਾਭਦਾਇਕ ਚੀਜ਼ ਹੈ ਇਹ ਹੂੰ ਇੱਕ ਤਾਂ ਪੇਟ ਦੀ ਗਰਮੀ ਕੱਢਦਾ ਹੈ ਹੂੰ ਇਹ ਪੇਟ ਮੇਰੇ ਵੀਰ ਫੁੱਲਣ ਨਹੀਂ ਦਿੰਦਾ ਹੂੰ ਇਹ ਕਿਹਦਾ ਹਾਜਮਾ ਸਹੀ ਰਹਿੰਦਾ ਖਾਣਾ ਪੀਣਾ ਆ ਬੰਦੇ ਦਾ ਹਾਜਮਾ ਸਹੀ ਹੂੰ ਇਹ ਤ੍ਰਿਫਲਾ ਮਤਲਬ ਇਹਦੇ ਚ ਤਿੰਨ ਚੀਜ਼ਾਂ ਐਡ ਹੋ ਜਾਂਦੀਆਂ ਨੇ ਇਹਨੂੰ ਤ੍ਰਿਫਲਾ ਕਹਿ ਦਿੰਦੇ ਆ ਹਨਾ ਬਹੁਤ ਬੰਦੇ ਉਲਝੇ ਜਾਣਗੇ ਵੀ ਖਣੀ ਤ੍ਰਿਫਲਾ ਕਿਸੇ ਚੀਜ਼ ਦਾ ਨਾ ਇਹ ਦੋਸਤੋ ਚੀਜ਼ ਦਾ ਨਾ ਨਹੀਂ ਤ੍ਰਿਫਲਾ ਮਤਲਬ ਇਹ ਤਿੰਨ ਚਾਰ ਚੀਜ਼ਾਂ ਨੂੰ ਜਿਹੜੀ ਰਲਾ ਕੇ ਮਿਲਾ ਕੇ ਬਣਦੀ ਆ ਉਹਨੂੰ ਤ੍ਰਿਫਲਾ ਕਹਿੰਦੇ ਆ ਹਰ ਵੇੜਾ ਆਵਲਾ ਆਮਲਾ ਕੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਠੀਕ ਆ ਆਵਲੇ ਦੀ ਮਾਤਰਾ ਨੂੰ ਆਲਾ ਫਿਰ ਕੁੜਿਆਂ ਵਾਸਤੇ ਮਸਾਲਾ ਕਿਹੜਾ ਤਿਆਰ ਕਰਕੇ ਆਇਆ 10 ਕਾਲੀ ਜੀਰੀ ਠੀਕ ਆ ਆ ਜਾ ਉੱਤੇ ਆ ਜਾ ਵਾਸਤੇ ਹੁੰਦੀ ਵੀ ਹੂੰ ਕਾਲੀ ਜੀਰੀ ਐਸ ਅਜਵੇ ਨੇ ਚਾਰਾ ਅਜਵੇ ਨੇ ਆ ਕਾਲੀ ਜੀਰੀ ਪੋਟੇ ਪੋਟਾ ਮਾਸੇ ਦੇ ਪੋਟੇ ਬਣ ਜਾਂਦੀ ਪੋਟੇ ਬਣ ਜਾਂਦਾ ਜਿਹੜੇ ਹਾਂ ਇਹ ਪਨੀਰ ਡੋਡੀ ਇਹ ਵੀ ਸੁੱਕੜਾ ਪੈ ਜਾਂਦਾ ਘੋੜੀ ਨੂੰ ਇਹ ਸੁੱਕਦੀ ਜਾਂਦੀ ਘੋੜੀ ਹੂੰ ਇਹ ਚਾਰੇ ਜਮੈਣੇ ਹਾਜਮੇ ਕੇ ਲਈ ਆਉਂਦੀ ਹਾਜਮੇ ਦੇ ਲਈ ਇਹ ਬੇਲਗिरी ਹੁੰਦੀ ਮੇਰੇ ਵੀਰ ਗਰਮੀ ਨਹੀਂ ਮਾਨਦੀ ਘੋੜੀ ਠੀਕ ਹੈ ਬਾਈ ਇਹ ਅੰਬ ਹਲਦੀ ਹੁੰਦੀ ਅੰਬ ਹਲਦੀ ਹਾਂ ਜਿਹੜੇ ਬੰਦੇ ਖਾਵੇਂ 2 60 ਸੂਟ ਲੱਗ ਜਾਂਦੀ ਘੋੜੀ ਦੇ ਜਿਹੜੇ ਮੇਦੇ ਦੀ ਮੇਰੇ ਵੀਰ ਅੰਦਰ ਗਰਮਾਸ ਘਾਟਦੀ ਹਾਂ ਹਾਂ ਇਹ ਸੌਂਫ ਹੁੰਦੀ ਵੀ ਇਹ ਸੌਂਫ ਆ ਗਈ ਹਾਜਮੇ ਵਾਸਤੇ ਹਾਜਮੇ ਵਾਸਤੇ ਇਹ ਸਤਾਵਰ ਹੁੰਦਾ ਠੀਕ ਆ ਭਾਈ ਸਤਾਵਰ ਸਤਾਵਰ ਹੁੰਦੇ ਬੰਦੇ ਵੀ ਖਾਵੇਂ ਮੇਰੇ ਵੀਰ ਘੋੜੀਆਂ ਨੂੰ ਵੀ ਦੇ ਜਾਂਦਾ ਇਹ ਗਾਵਾਂ ਮੱਜਾ ਦਾ ਦੁੱਧ ਵੜਾਉਂਦਾ ਏ ਠੀਕ ਆ ਮੈਂ ਸਗਾਂਗਾਂ ਦਾ ਦੁੱਧ ਵੀ ਵੜਾਉਂਦੇ ਹਾਂ ਇੱਕ ਕੜੂਗਾ ਸਕੇ ਜੋ ਘੋੜੀ ਮੱਟੀ ਖਾਵੇ ਖੁਰਲੀ ਚੱਟੇ ਪਿਸਾ ਪਿੰਦੀਓ ਘੋੜੀ ਹੂੰ ਵੀ ਕਈ ਬਰੀ ਜੀ ਜੂ ਜੋ ਆਪਾਂ ਕਹਿੰਦੇ ਨੇ ਸਕੈਤ ਮਲਪੰਮਲਪਾਂ ਦੀ ਘਟਾਨਾਂ ਦੀ ਹੋਗੀ ਕੋਈ ਅੱਕ ਦੀ ਜੜ ਹੁੰਦੀ ਬਾਈ ਕਿੰਨਾ ਵੀ ਪਸ਼ੂ ਦੇ ਬੰਦ ਪੇਜਾ ਬੰਦ ਨਹੀਂ ਪੈਣੇ ਦੇ ਸਕਦੀ ਠੀਕ ਆ ਭਾਈ ਅੱਕ ਦੀ ਜੜ ਕੋੜ ਤੁਮਾ ਹੁੰਦਾ ਕੋੜ ਤੁਮਾ ਦਰਦਾ ਵਾਸਤੇ ਹੂੰ ਇਹ ਦਰਦਾ ਕੇ ਲਈ ਹੋਵੇ ਇਹ ਕਾਲਾ ਬਾਂਸਾ ਹੁੰਦਾ ਕੰਗਰੇਸੀ ਜੁਖਾਮ ਵਾਸਤੇ ਜਿਵੇਂ ਕੋਈ ਦੇ ਕਿਨਾਰ ਹੋ ਜਾਂਦੀ ਹੈ ਕਿਨਾਰ ਕਨੂਰ ਹੋ ਜਾਂਦੀ ਹੈ ਹਨਾ ਹਾਂਜੀ ਇਹ ਚਰਾਤਾ ਹੁੰਦਾ ਠੀਕ ਹੈ ਘੋੜੀ ਦੇ ਖੁਰਕ ਹੋ ਜਾਦਾ ਫੜੀ ਹੋ ਜਾ ਹੂੰ ਤੇ ਮੇਰੇ ਵੀਰ ਜਿਹੜਾ ਖੁਰਕ ਮਾਨਦੀ ਬਾਹ ਲੁੱਟ ਜਾਂਦੇ ਉਸ ਵਿੱਚ ਕੰਮ ਕਰਦਾ ਠੀਕ ਹੈ ਭੇੜਾ ਹੁੰਦਾ ਇਹ ਆ ਗਿਆ ਭੇੜਾ ਹਾਂ ਬੁਲਾਵੇ ਤਕੜਾ ਕਰਦਾ ਰਾਜੀ ਕਰਦਾ ਹੂੰ ਇਹ ਕਿਸ ਸੁਗਾ ਫੂਲੇ ਘੋੜੀ ਕੀ ਜੋ ਅੰਦਰ ਬੱਚੇ ਦਾ ਅੰਨੀ ਵਿੱਚ ਸੋੜੀ ਪਈ ਜਾਂਦੀ ਹੂੰ ਮੱਜਾ ਦਾ ਪੇਜਾ ਉਸ ਵਿੱਚ ਕੰਮ ਕਰਦਾ ਇਹ ਕਾਲਾ ਕੜੂ ਹੁੰਦਾ ਜੀ ਵੀਰ ਠੀਕ ਹੈ ਭਾਈ ਇਹ ਨਸਪਾਲ ਬੋਲਦੇ ਜੋ ਪੋਘੋੜੀ ਮੋਗ ਮਾਰਦੀਓ ਇਹ ਨਸਪਾਲ ਆ ਗਿਆ ਮੋਗ ਮੈਂ ਕੰਮ ਕਰਦਾ ਜੀ ਹਾਂ ਆ ਜਾ ਇੱਧਰ ਆ ਜਾ ਖਾਣਾ ਤੇ ਇੱਧਰ ਆਹ ਜਿਹੜੇ ਆ ਸਪਰਿੰਗ ਜੇ ਪਏ ਆ ਇਹ ਬਾਈ ਮਰੋੜ ਫਲੀਏ ਜੋ ਮੋਗ ਮੈਂ ਕੰਮ ਕਰਦੀ ਹੈ ਇਹ ਵੀ ਮੋਗ ਚ ਕੰਮ ਕਰਦੀ ਆ ਹਾਂ ਠੀਕ ਆ ਇਹ ਔਲੇ ਆਉਂਦੇ ਜੀ ਇਹ ਔਲੇ ਆ ਗਏ ਸੁੱਕੇ ਹਵਾਸਤ ਹੁੰਦੇ ਸੁੱਕੇ ਔਲੇ ਹਾਂ ਸੁੱਕਿਆ ਔਲੇ ਹੂੰ ਇਹ ਚਿਤਾ ਕੜੂ ਹੁੰਦਾ ਜਿਹੜਾ ਘੋੜੀ ਦੇ ਬਾਸ ਨਾਲ ਮਾਰਦੀ ਦੁੱਧ ਚ ਗੋਏ ਚ ਉਸ ਨੂੰ ਕੰਮ ਕਰਦਾ ਠੀਕ ਹੈ ਭਾਈ ਇਹ ਕਾਲਾ ਨੂਨ ਹੁੰਦਾ ਵੀਰ ਹਾਜਮੇ ਵਾਸਤੇ ਹੁੰਦਾ ਹੈ ਹੂੰ ਇਹਦਾ ਪਖਰਨੀ ਜੂ ਵੀ ਧਰ ਸਕਦੇ ਹਨ ਹਾਂ ਇਹ ਵੀਰ ਅਰਜਨ ਛਾਲੇ ਠੀਕ ਹੈ ਭਾਈ ਅਰਜਨ ਛਾਲੇ ਅਰਜਨ ਛਾਲੇ ਬੰਦੇ ਬੀਬੀਵੇਂ ਢਿੜਵਾ ਘਟਾਣ ਵਾਸਤੇ ਹਟਟੇਕ ਨਹੀਂ ਪੀ ਸਕਦਾ ਬੰਦੇ ਨੂੰ ਠੀਕ ਆ ਜੇ ਬੰਦਾ ਘਰੇ ਪੀ ਹੋ ਜਾਂਦਾ ਇਹ ਮਤਲਬ ਜੇ ਬੰਦਾ ਲਊ ਆਏ ਚੀਜ਼ ਨੂੰ ਵਰਤੂਗਾ ਤਾਂ ਹੱਡ ਟੇਕ ਨਹੀਂ ਹੋਊਗਾ ਹਟਟੇਕ ਇਹ ਵੱਜਦਾ ਕੀ ਆ ਇਹ ਅਰਜਨ ਛਾਲੇ ਅਰਜਨ ਛਾਲ ਰੋਡ ਦੇ ਉੱਤੇ ਦਰਖਤ ਖੜੇ ਹੁੰਦੇ ਕਿਸੇ ਬੰਦੇ ਨੂੰ ਪ੍ਰੋਬਲਮ ਹਾਰਟ ਅਟੈਕ ਦੀ ਹਮ ਤੇ ਬਾਈ ਖੂਨ ਗਾੜੇ ਦੀ ਹਮ 슈ਗਰ ਹੋ ਉਸ ਵਿੱਚ ਵੀ ਕੰਮ ਕਰਦਾ 슈ਗਰ 'ਚ ਵੀ ਕੰਮ ਕਰਦਾ ਤੇ ਅਰਜਨ ਛਾਲ ਇਹਨੂੰ ਫਿਰ ਵਰਤਨਾ ਕਿ ਮੈਂ ਅੱਜ ਬੰਦਾ ਵਰਤੀ ਵੀਰ ਪਾਈ ਅਰਜਨ ਛਾਲ ਲੈ ਲੋ ਤੁਸੀਂ ਹਾਂ ਪਾਈ ਅਰਜਨ ਛਾਲ ਲੈ ਕੇ ਪਾਣੀ 'ਚ ਉਬਾਲ ਲੋ ਠੀਕ ਹੈ ਉਬਾਲ ਕੇ 10 ਦਿਨ ਦੀ ਦਵਾਈ ਬਣ ਜਾਂਦੀ ਠੀਕ ਹੈ ਇੱਕ ਢੱਕਣ ਸਵੇਰੇ ਇੱਕ ਢੱਕਣ ਸ਼ਾਮ ਨੂੰ ਪੀ ਲੋ ਖੰਗਲ ਹੀ ਸੀ ਵੰਗੂ ਹਾਂ ਠੀਕ ਹੈ ਭਾਈ ਅਰਜਨ ਛਾਲ ਵਾਜਦਾ ਬਿਲਕੁਲ ਇਹ ਲੈ ਆਪਣੇ ਆਮ ਹੀ ਕਹਿੰਦਾ ਬਾਈ ਕਹਿੰਦਾ ਵੀ ਆਮ ਹੀ ਸੜਕਾਂ ਤੇ ਖੜਾ ਹੁੰਦਾ ਹੈ ਰੋਡ ਜੀ ਜੀ ਰੋਡ ਦੇ ਉੱਤੇ ਖੜਾ ਦਾ ਡੀ ਡੀ ਰੋਡ ਤੇ ਲੈ ਆਪਣੇ ਆਖਾ ਜ਼ੋਰ ਲੈ ਗੱਡੀਆਂ ਗੱਡੀਆਂ ਮਤਲਬ ਹੈਣਾ ਬਾਈ ਆ ਰੂਵੇ ਚ ਗੱਡੀਆਂ ਗੱਡੀਆਂ ਤਕੜੀਆਂ ਦਵਾਈਆਂ ਬੰਗਾਣੇ ਹੈਣਾ ਤੇ ਅੱਗੇ ਬਾਈ ਆਹ ਕਾਲਾ ਨੂਨ ਹੁੰਦਾ ਇਹ ਆਜਮੇ ਕੇ ਲਈ ਹੁੰਦਾ ਠੀਕ ਹੈ ਭਾਈ ਇਹੇ ਵੀ ਕਲਮੀ ਸੋਰਾ ਜਵਾਖਾਰ ਜੋ ਘੋੜੀ ਖੂਨ ਮੂਦ ਨਾ ਲਗਦੀ ਪਿਸ਼ਾਬ ਕੇ ਰਸਤੇ ਗੋਏ ਕੇ ਰਸਤੇ ਉਸਮੇ ਕੰਮ ਕਰਦੀ ਠੀਕ ਹੈ ਭਾਈ ਇਹ ਕਲਮਿਸ਼ੁਰ ਆ ਹਾਂ ਇਹ ਪਹਾੜੀ ਲੋਗ ਹੁੰਦੀ ਪਹਾੜੀ ਲੋਗ ਹਾਂ ਪਹਾੜੀ ਲੋਗ ਹੁੰਦੀ ਮੇਰੇ ਵੀਰ ਇਹ ਦਰਦਗ ਲਈ ਹੁੰਦੀ ਠੀਕ ਹੈ ਭਾਈ ਆ ਪਹਾੜੀ ਲੋਗ ਆ ਕੇ ਹਾਂਜੀ ਹਾਂਜੀ ਖਾ ਕੇ ਇਹ ਲੋਗ ਆ ਕੇ ਪਹਾੜੀ ਇਹ ਲੋਗਾਂ ਦੇ ਤਾਂ ਉੱਤੇ ਡੂੜਨੀ ਜੀ ਨਹੀਂ ਹੁੰਦੀ ਇਹਨਾਂ ਦੇ ਹੈ ਨਹੀਂ ਯਾਰ ਨਹੀਂ ਇਹ ਪਹਾੜੀ ਲੋਗ ਹੁੰਦੀ ਇਹ ਵੀਰ ਸਰਬਤ ਬਜੂਰੀ ਹੁੰਦੀ ਪਸ਼ੂਆਂ ਦਾ ਦੁੱਧ ਵੜਾਣੇ ਵਾਸਤੇ ਹੁੰਦੀ ਹੈ ਠੀਕ ਆ ਸਰਬਤ ਬਜੂਰੀ ਸਰਬਤ ਬਜੂਰੀ ਦੁੱਧ ਵੜਾਵੇ ਪਸ਼ੂਆਂ ਦਾ گاਵਾ ਦਾ ਮੱਜਾ ਦਾ ਜਿਹੜੀ ਘੋੜੀ ਦੁੱਧ ਨਾ ਉਤਾਰਦੀ ਹੋ ਹੂੰ ਸੁਕੇ ਦੁੱਧ ਨਹੀਂ ਉਤਾਰਦਾ ਘੋੜੀ ਕਈ ਵਾਰੀ ਜਾਂ ਹਾਂ ਆ ਉਹ ਇਸ ਨੂੰ ਦੇ ਜੰਦੀ ਸਰਬਤ ਬਜੂਰੀ ਦੀ ਇਹ ਲੋਟਾ ਸੱਜੀ ਹੁੰਦੀ ਬਾਈ ਇਹ ਆ ਗਈ ਲੋਟਾ ਸੱਜੀ ਇਹ 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 ਲੋਟਾ ਬਾਈ ਲੋਟਾ ਸੱਜੀ ਹੁੰਦੀ ਹੂੰ ਇਹ ਲੋਟਾ ਸੱਜੀ ਆ ਗਈ। ਤੇ ਇਹ ਕਾਹਦੇ ਇਹ ਕਾਹਦੇ ਕੰਮ ਚ ਵਰਤੀ ਜਾਂਦੀ ਲੋਟਾ ਸੱਜੀ। ਜਿਹਦੇ ਪਸ਼ੂ ਨੂੰ ਬੁਖਾਰ ਹੋ ਜਾਂਦਾ ਉਸਮੇ ਕੰਮ ਕਰਦੀ। ਬੁਖਾਰ ਬਖੂਰ ਕਈ ਵਾਰੀ ਮਤਲਬ ਚੜਦਾ ਜੇ ਜਾਨਵਰ ਨੂੰ ਹੁੰਦਾ ਰਹਿੰਦਾ ਤਾਂ ਉਹਦੇ ਵਾਸਤੇ ਫੈਲਦੀ। ਇਹ ਸਰਨਾਹ ਹੁੰਦੀ ਵੀਰ ਜੀ। ਇਹ ਕੀ ਜੀਜਾ? ਇਹ ਸਰਨਾਹ ਬੰਦੇ ਵੀ ਕਬਜ਼ੇ ਲਈ ਖੰਦੇ। ਹੂੰ। ਜੋ ਬੰਦੇ ਨੂੰ ਕਬਜ਼ੀ ਹੋ ਸਰਨਾ ਠੀਕ ਆ। ਨਲਾ ਦੇ ਪੱਤੇ ਹੁੰਦੇ। ਇਹ ਠਿਕਰੀ ਨਹੀਂ ਸੱਦਰ ਹੁੰਦਾ ਵੀਰ ਜੀ। ਇਹ ਨਸੱਦਰ ਆ ਗਿਆ। ਇਹ ਕਿਸੇ ਦੇ ਪਸ਼ੂ ਦੇ ਲੀਵਰ ਖਰਾਬ ਹੋ ਲੀਵਰ ਨੂੰ ਸੈਟ ਕਰ ਦਿੰਦਾ ਏ। ਠੀਕ ਆ। ਆ ਨਸੱਦਰ ਆ। ਹਾਂਜੀ ਹਾਂਜੀ। ਦੇਖੋ ਠੀਕ ਆ ਭਾਈ। ਇਹ ਗਾ ਮੱਜ ਜਾ ਕੇ ਥਣ ਦੇ ਕੰਮ ਕਰਦਾ। ਥਣਾ ਜੀ ਵੀ ਕੰਮ ਕਰਦਾ ਮੈਂ ਇਸ ਲਈ। ਕਈ ਵਾਰੀ ਵੀ ਥਣਾ ਰੋਕ ਰੱਖ ਕੇ ਜਾਂਦਾ ਛੱਡੀਆਂ ਛੁੱਡੀਆਂ ਉਹਨਾਂ ਨੂੰ। ਹਾਂ ਹਾਂ ਲਾ ਬੱਟੇ ਬਣਾ ਕੇ ਦਿਖਾਵਾਂਗੇ ਭਾਈ। ਠੀਕ ਆ ਭਾਈ। ਇਹ ਬਣੂਗਾ ਇਹ ਸਾਰੀ ਚੀਜ਼ਾਂ ਪਾ ਕੇ ਚੱਲ ਬਈ ਹੁਣ ਆਪਣੇ ਬਣਾ ਕੇ ਦਿਖਾ ਤੇ ਮਤਲਬ ਇਹ ਅਲੱਗ-ਅਲੱਗ ਬਿਮਾਰੀ ਦੇ ਹਿਸਾਬ ਨਾਲ ਮਾੜਾ-ਮੋਟਾ ਚੇਂਜ ਹੋ ਸਕਦਾ ਹੈ ਨਾ ਇਹ ਵੀ ਦੇ ਹਿਸਾਬ ਨਾਲ ਬਿਮਾਰੀ ਕੀ ਤੋਂ ਦਵਾਈ ਬਣਦੀ ਹੂੰ ਇਹ ਜੋ ਰੋਰਮਰ ਪਸ਼ੂ ਨੂੰ ਪਾਉ ਜਾ ਤੋ ਕੋਈ ਬਿਮਾਰ ਨਹੀਂ ਹੁੰਦਾ ਹੂੰ ਬਿਨ ਨਾਰਮਲੀ ਆਪਾਂ ਡਾਕਟਰ ਆਉਂਦਾ ਨਾਰਮਲੀ ਆਪਾਂ ਮਤਲਬ ਹਾਜਮੇਲੇ ਚੂਰਨ ਵਾਂਗੂ ਦੇ ਸਕਦੇ ਹਾਂ ਹਾਂ ਨਾਰਮਲ ਜਿਵੇਂ ਤੁਸੀਂ ਖਲ ਪਾਰੇ ਦਾਣਾ ਪਾਰੇ ਫੀਡ ਪਾਰੇ ਬਾਈ ਹੂੰ ਉਹਦੇ ਵਾਸਤੇ ਨਾਰਮਲ ਚੀਜ਼ੇ ਪਾਉ ਜਾ ਤੋ ਕੋਈ ਬਿਮਾਰ ਨਹੀਂ ਹੁੰਦਾ ਹੂੰ ਇਹਦੇ ਲਈ ਆਪਾਂ ਬਾਈ ਕੀ ਕੁਛ ਲਿਆ ਇੱਕ ਮੁਠੀ ਮੰਨ ਲਾ ਹਰੜਾਂ ਦੀ ਆ ਇਹ ਕਾਲੀ ਜੀਰੀ ਹੈ ਥੋੜੀ ਜੀ ਲੜੀ ਕਾਲੀ ਜੀਰੀ ਹਾਂ ਐਦਾ ਬਣੂਗਾ ਵੀਰ ਜੀ ਸਾਰਾ ਮਿਲਾ ਕੇ ਆਪਾਂ ਦੇ ਪੀਗੇ ਪਾਣੀ ਲੋង ਪੀਗੀ ਇਹ ਗਲੋ ਪੀਗੀ ਵੀਰ ਜੀ ਠੀਕ ਹੈ ਇਹ ਮਰੂੜ ਫਲੀ ਪੀਗੀ ਉਹ ਸਪਰਿੰਗ ਜਿਹੜੇ ਮੈਂ ਕਹਿਆ ਸੀ ਮਰੂੜ ਹਾਂ ਇਹ ਡੋਡੀ ਪਨੀਰ ਡੋਡੀ ਪਨੀਰ ਆ ਗਿਆ ਫੋਟੋ ਦਾ ਸੱਕ ਠੀਕ ਹੈ ਬਈ ਤੁਮਾ ਹੂੰ ਇਹ ਆਖ ਦੀ ਜੜ ਠੀਕ ਹੈ ਬਈ ਇਹ ਕਾਲਾ ਬੰਸਾ ਖੰਗਰ ਦੇ ਇਸੇ ਜੂ ਖਾਉਣ ਵਾਸਤੇ ਠੀਕ ਹੈ ਬਈ ਇਸਦਾ ਫੁੱਲ ਹੂੰ ਇਹ ਵੀਰ ਚਰਾਤਾ ਇਹ ਤੇਰਾਤਾ ਆ ਗਿਆ ਇਹ ਭੇੜੇ ਹੋਗੇ ਭੇੜੇ ਇੱਕ ਬੁੱਕ ਬਹੇੜਿਆਂ ਦਾ ਪਾਦਾ ਇਹ ਬਾਈ ਕਾਲਾ ਕੜੂ ਹੁੰਦਾ ਇਹ ਨਾਸਫਲ ਹੁੰਦਾ ਨਾਸਫਲ ਇਹ ਸੌਫ ਹੈ ਸੌਂ ਵੀ ਜ਼ਰੂਰੀ ਹੈ ਸਹੀ ਗੱਲ ਆ ਹਨਾ ਹਾਂ ਇਹ ਕਾਲਾ ਨੂਨ ਹੈ ਹਾਜਮੇ ਵਾਸਤੇ ਹੁੰਦਾ ਕਾਲਾ ਨੂਨ ਆਪਾਂ ਕਿੰਨਾ ਪਾਉਣਾ ਇਹ ਥੋੜਾ ਹੀ ਪੈਂਦਾ ਥੋੜਾ ਹੀ ਪੈਂਦਾ ਮੰਨ ਲਾ ਹਾਂ ਤੇ ਆਪਾਂ ਸਬਜ਼ੀ ਬਣਾ ਰੇ ਸਬਜ਼ੀ ਮੇ ਨੂਨ ਥੋੜਾ ਹੀ ਪਊਗਾ ਨਹੀਂ ਇਹ ਹੀ ਮਸਾਲਾ ਬਣੂਗਾ ਆਹ ਹ ਜਿਵੇਂ ਹੁਣ ਆਪਾਂ ਕਹਿ ਦਿੰਨੇ ਕਈ ਬਰੀ ਹਣ ਜਰ ਜਾਨਵਰ ਨੂੰ ਅਟੈਕ ਆ ਗਿਆ ਆ ਕੀ ਕਹਿਆ ਸੀ ਇਹਨੂੰ ਆਪਾਂ ਅਰਜਨ ਛਾਲ ਅਰਜਨ ਛਾਲ ਅਰਜਨ ਛਾਲ ਵੀ ਪਾਦਾ ਹਟਾ ਟੈਕ ਇਹ ਇਹ ਝਾੜੀ ਕਰੇ ਲਾ ਸ਼ੂਗਰ ਵਾਸਤੇ ਠੀਕ ਹੈ ਭਾਈ ਝਾੜ ਕਰੇ ਲਾ ਹੂੰ ਇਹ ਸਰਬਤ ਮਜੂਰੀ ਭਾਈ ਠੀਕ ਹੈ ਭਾਈ ਸਰਬਤ ਮਜੂਰੀ ਜਵਾਖਾਰ ਕਲਮੀ ਸੋਰਾ ਕਲਮੀ ਸੋਰਾ ਇਹ ਲੋਟਾ ਸੱਜੀ ਹੂੰ ਇਹ ਲੋਟਾ ਸਾਰਾ ਸਮਾਨ ਮਿਲਾ ਕੇ ਵੀਰ ਬਣਾ ਕੇ ਇਸ ਤਰ੍ਹਾਂ ਬਣਾ ਕੇ ਮਿਲਾ ਕੇ ਦਿੰਦੇ ਇਹ ਪੀ ਕੇ ਦੇਗਾ ਠੀਕ ਹੈ ਭਾਈ ਆ ਹੁਣ ਆਪਣਾ ਸਾਰਾ ਸਮਾਨ ਆ ਗਿਆ ਹਾਂ ਇਹ ਸਾਰੀ ਚੀਜ਼ਾਂ ਮਿਲਾ ਕੇ ਵੀਰ ਜੀ ਇਸ ਤਰ੍ਹਾਂ ਮਿਲਾ ਕੇ ਬਣੂਗਾ ਇਹ ਠੀਕ ਹੈ ਭਾਈ ਇਸ ਤਰ੍ਹਾਂ ਮਿਲਾ ਕੇ ਬਣੂਗਾ ਬਣੂਗਾ ਪੀ ਤੇ ਹੁਣ ਇਸ ਤੋਂ ਬਾਅਦ ਇਹਨੂੰ ਸੜਤ ਆਪਣੇ ਉਹਦੇ ਚ ਚੱਕੀ ਚ ਹਾਂ ਜੀ ਹਾਂ ਜੀ ਚੱਕੀ ਜਿ ਸੜਦਾ ਆ ਜਾ ਕਰਨਾ ਇੱਧਰ ਲੈ ਆ ਦੇਖ ਕੇ ਝੱਟ ਹੁਣ ਮਾਰੂਗਾ ਹੈਂਡਲਰ ਦਾ ਮਾਰੀ ਗੇਰਾ ਸਲਫ ਜੰਟਾ ਫਿਰ ਦਿਖਾਗੇ ਆਪਣੇ ਬਿੱਲਿਆਂ ਨੂੰ ਆਏ ਹਾਏ ਕੋਈ ਨਹੀਂ ਮੈਂ ਵੀ ਜੜਦਾਂ ਦੇਰ ਮੈਨੂੰ ਵੀ ਦੇਖ ਲੈਣਾ ਤੇ ਕੀ ਕੋਸਾ ਬਾਈ ਯਾਰ ਅੱਜ ਰਾਤੀ ਬਿਲਕੁਲ ਚੱਕੀ ਅਜੇ ਨਿਕਲੀ ਆਂਦਾ ਇੱਧਰ ਆਣਾ ਇੱਧਰ ਨਿਕਲੀ ਆਂਦਾ ਇੱਛਾ ਜੰਡਿਆ ਮੈਂ ਤਾਂ ਜੰਡਿਆ ਬਤੰਦਰਾ ਡਰ ਗਿਆ ਹੀ ਮਹਾ ਹਾ ਪਤਾ ਨਹੀਂ ਕੀ ਨਿਕਲ ਆਇਆ ਇਧਰੋਂ ਇਹਦੇ ਚੋਂ ਇਹਦੇ ਚੋਂ ਨਿਕਲਦਾ ਮਸਾਲਾ ਇਹ ਇਹਦੇ ਦੇ ਵੀ ਇਹਦੇ ਕੇ ਇਸ ਤਰ੍ਹਾਂ ਮਿਲਾ ਲਾਓ ਲਿਆਓ ਕਰਨ ਦਿਖਾ ਕੇ আচ্ছা ਇਹ ਸਾਰਾ ਇਹਦੇ ਚ ਇਕੱਠਾ ਹੋ ਗਿਆ ਹਮ ਠੀਕ ਆ ਬਾਈ ਠੀਕ ਆ ਬੰਦੇ ਦੇ ਤਜਾਬ ਬਣ ਜਾ ਗੈਸ ਬਣ ਜਾ ਸਿਰ ਦੁਖਦਾ ਹਾਂ ਬੰਦਾ ਵੀ ਫੱਕੀ ਲੈ ਸਕਦਾ ਜਿਵੇਂ ਕੋਈ ਹੂੰ ਗਾਮਾਜ ਕੇ ਦਰਦ ਹੋ ਜਾ ਹੂੰ ਤੇ ਕੁੜੀ ਵਾਲੇ ਕੋਲੇ ਭਾਜਦਾ ਬੰਦਾ ਹੂੰ ਕਿ ਉਹ ਤੋਂ ਕੋਲੇ ਚੂਰਨ ਲਿਆਉ ਬਾਈ ਵੀ ਕੋ ਸਹੀ ਗੱਲ ਆ ਕੋਈ ਕਈ ਵਾਰੀ ਕੋਈ ਗਾਮਾਜ ਤੇ ਦਰਦ ਹੋਣ ਲੱਗ ਜਾ ਅਗਲਾ ਕਹਿੰਦਾ ਯਾਰ ਕੁੜੀ ਵਾਲੇ ਕੋਲੇ ਜਾ ਗਏ ਹਾਂ ਉਹ ਕੋ ਲੈ ਕੇ ਰੱਖਦੇ ਇਕੱਠਾ ਹੀ ਠੀਕ ਐ ਤੇ ਇਹਦੇ ਕਈ ਵਾਰੀ ਹੁਣ ਬੰਦੇ ਦੇ ਗੈਸ ਗੂੰਸ ਬਣਦੀ ਆ ਜਾਂ ਕੋਈ ਬਾਦਾ ਹਜਮੀ ਹੋ ਗਈ ਤੇ ਉਹ ਵੀ ਚਮਚਾ ਲੈ ਸਕਦਾ ਚਮਚਾ ਲੈ ਸਕਦਾ ਬੰਦਾ ਖਾ ਕੇ ਦੇਖੋ ਦੱਸ ਦੇ ਇੱਥੇ ਮੜਾ ਜਾ ਕਿੰਨਾ ਲੈਣਾ ਇੰਨਾ ਖਾਣਾ ਬਾਈ ਇੰਨਾ ਕ ਬੰਦਾ ਵੀ ਖਾ ਸਕਦਾ ਬਿਲਕੁਲ ਤੇ ਉਹਨੂੰ ਦਿਖਾ ਵਾਪ ਨੂੰ ਉਹਨੂੰ ਵੀ ਮਾਰ ਦੇ ਬੰਦਾ ਹਜਮੀ ਨੇੜੇ ਨਹੀਂ ਆਉਂਦੀ ਤੇ ਉਹ ਬਜ਼ੁਰਗ ਬੈਠਾ ਲੈ ਪੁੱਤ ਖਵਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਦੇ ਕੇ ਨਾਲੇ ਟੇਸਟ ਪੁੱਛੀ ਕਿਵੇਂ ਲੱਗਿਆ ਚੰਗਾ ਆ ਲੈ ਜਾ ਡੀਡੀ ਜੀ ਮੇਰੇ ਕੋਲੋਂ ਆ ਲੈ ਆ ਡੀਟੀ ਜੀ ਤਾਂ ਲੈ ਜਾ ਲੈ ਬਣਾਈ ਕਰਨੇ ਆ ਕੇ ਦੇਖੋ ਭਾਈ ਦੱਸ ਦੱਸੋ ਕਿੰਦਾ ਕਿਵੇਂ ਲੱਗਿਆ ਕਿਵੇਂ ਲੱਗਿਆ ਚਾ ਨਾ ਉਹ ਕੁਭਾ ਕਰ ਲੈ ਇਹ ਠੀਕ ਹੈ ਵਧੀਆ ਇਹ ਭਾਈ ਠੀਕ ਨਹੀਂ ਸਤਾਰ ਕਲਮੀ ਸੋਰਾ ਜਵਾ ਖਾਰ ਸਾਰੀ ਜੀ ਦੇ ਭਾਈ ਨਾ ਸਮੇਂ ਏ ਬੰਦੇ ਵੀ ਖਾਵੇਂ ਬੰਦੇ ਤਿਜਾਬ ਹੋ ਗਏ ਸੋ ਸਿਰ ਦੁਖਦਾਓ ਠੀਕ ਹੈ ਤਾਂ ਜਮਾ ਹੂੰ ਲਾ ਵੀ ਬਜ਼ੁਰਗ ਵੀ ਕਹਿੰਦੇ ਆਪਣੇ ਕਹਿੰਦੇ ਜਮਾ ਸਰਾ ਲਾਤਾ ਤੇ ਜੰਟਾ ਹੁਣ ਇਹਦਾ ਰੇਟ ਰੂਟ ਦੱਸ ਰਿਵਿਊ ਤਾਂ ਮਿਲ ਗਿਆ ਓਕਰ ਰਿਪੋਰਟ ਹਰੀ ਝੰਡੀ ਮਿਲ ਗਈ ਆਪਾਂ ਨੂੰ ਵੀ ਦੇਸਾ ਨਾ ਜਿਹੜੇ ਕੋੜੀ ਵਾਲੇ ਮੈਂ ਤਾਂ ਨੂਨ ਨਹੀਂ ਪੈਂਦਾ ਠੀਕ ਹੈ ਕਿਹਦੇ ਜੇ ਮਸਾਲੇ ਜੇ ਕੋੜੀ ਵਾਲਾ ਜੋ ਮਸਾਲਾ ਲੈਂਦੇ ਨੇ ਨਾ ਬੰਦੇ ਹੂੰ ਉਹਦੇ ਤੋਂ ਬੰਦੇ ਵਾਂਗੂ ਬਣਦਾ ਤੇ ਗਾਵਾਂ ਮੱਜੇ ਵਾਲੇ ਸੇ ਪੈਂਦਾ ਨੂਨ ਗਾਮ ਮੈਂ ਸੰ ਬਸਤੇ ਜਿਹੜਾ ਬਣਾਉਣਾ ਉਹਦੇ ਚ ਨੂਨ ਪਾ ਦੋ ਉਸਨੂੰ ਕੂੜੀਆਂ ਵਾਲਾ ਜਿਹੜਾ ਉਹ ਸਪੈਸ਼ਲ ਅਲੱਗ ਦੇਣਾ ਪੈਂਦਾ ਹਾਂ ਹਾਂ ਸਪੈਸ਼ਲ ਬਣਦਾ ਤੇ ਰੇਟ ਰੂਟ ਫਿਰ ਇਹਦਾ ਕੀ ਹਿਸਾਬ ਨਾਲ ਸਾਨ ਆ 1500 ਦਾ 5 ਕਿਲੋ ਬਣਦਾ 300 ਨੂੰ ਕਿਲੋ 300 ਨੂੰ ਕਿਲੋ ਪੈ ਜਾਂਦਾ ਹਾਂ ਕੂੜੀ ਵਾਲਾ ਮਸਾਲਾ ਹੂੰ ਜਿਹੜਾ ਕੂੜੀ ਵਾਲਾ ਮਸਾਲਾ ਉਹ 300 ਰੁਪਏ ਕਿਲੋ ਪੈ ਜਾਊਗਾ 1500 ਦਾ ਹੋ ਗਿਆ ਆਪਣਾ 5 3 15 5 ਕਿਲੋ ਜੇ ਮਿਲਾ ਕੇ ਦੇਗੇ ਬੱਤੀ ਚੀਜ਼ਾ ਮਿਲਾ ਕੇ ਵੀ ਠੀਕ ਹੈ ਭਾਈ ਜੋ ਹੁਣ ਜਿਹੜੀ ਕੋਈ ਬਿਮਾਰੀ ਹੈ ਉਹਦੀ ਦਵਾਈ ਬਣਦੀ ਅਲੱਗ ਉਹਦੀ ਜਿਵੇਂ ਹੁਣ ਕਈ ਵਾਰੀ ਕਿਸੇ ਦੇ ਜਾਨਵਰ ਨੂੰ ਕੋਈ ਬੰਨ ਦੀ ਸ਼ਿਕਾਇਤ ਆ ਜਾਂ ਕਈ ਵਾਰੀ ਕੋਈ ਹੋਰ ਦਿੱਕਤ ਆਉਂਦੀ ਆ ਤਾਂ ਉਹਦੀ ਜਿਹੜੀ ਦਵਾਈ ਆ ਉਹ ਲੱਗ ਤੋਂ ਬਣਾ ਕੇ ਦੇ ਉਹ ਲੱਗ ਬਣਾ ਕੇ ਦੇ ਉਹਦੀ ਗਾਰੰਟੀ ਲੈ ਪੈਸੇ ਵੀ ਚਾਹ ਬਾਤ ਚ ਦੇ ਦੱਸ ਬੰਦਾ ਠੀਕ ਹੈ ਜਦੋਂ ਠੀਕ ਹੋਗਾ ਉਦੋਂ ਉਹ ਦੁਬਾਰ ਚ ਦੇ ਦੇ ਤੇ ਮੈਂ ਸਾਂ ਗਾਇਆਂ ਵਾਸਤੇ ਵੀ ਦੁੱਧ ਦੱਦ ਜਿਵੇਂ ਹੁਣ ਕਈ ਵਾਰੀ ਛੱਡੀ ਆਉਂਦੀ ਹੈ ਕੋਈ ਥਣ ਖਰਾਬ ਆ ਰੁਕਿਆ ਹੋਇਆ ਉਹਦੇ ਵਾਸਤੇ ਵੀ ਬਣਾਉਂਦੇ ਵੀ ਅਸੀਂ ਫੋਨ 'ਤੇ ਦਵਾਈ ਦੱਸ ਦਿੰਦੇ ਵੀ ਠੀਕ ਹੈ ਫੋਨ 'ਤੇ ਦੱਸ ਦਿੰਦੇ ਦੇਸੀ ਦਵਾਈ ਲੋ ਵੀ ਦੋਸਤੋ ਖਾਣ ਬੰਦਾ ਨਾ ਜੰਟਾ ਖਾਣਾ ਜਿਹੜਾ ਇਹ ਦਿਲਦਾਰ ਬੰਦਾ ਇਹ ਕਹਿੰਦਾ ਜ਼ਰੂਰੀ ਨਹੀਂ ਵੀ ਆਪਾਂ ਆ ਕੇ ਹੀ ਮਸਾਲਾ ਬਣਾ ਕੇ ਦੇਵਾਂਗੇ ਇਹ ਵੀ ਗੱਲ ਨਹੀਂ ਤੁਸੀਂ ਜੇ ਕਿਸੇ ਦੇ ਮੈਂ ਇਸ ਨੂੰ ਗਾਂ ਨੂੰ ਘੋੜੀ ਨੂੰ ਦਿੱਕਤ ਆ ਨਾ ਫੋਨ ਵੀ ਭਰਾ ਨੂੰ ਕਰ ਸਕਦੇ ਹੋ ਜਾ ਕੇ ਪਨਸਾਰੀ ਕੋਲੋਂ ਸੰਭਾਲ ਲਿਆ ਕੇ ਤੇ ਦਵਾਈ ਆਪਦੇ ਘਰੇ ਮਿਕਸੀ ਚ ਪੀ ਕੇ ਵੀ ਬਣਾ ਸਕਦੇ ਦੇ ਸਕਦੇ ਆ ਤੇ ਅਸਲ ਚ ਦੋਸਤੋ ਕੋਈ ਵੀ ਆ ਦਿਲਦਾਰੀ ਇਹੀ ਹੁੰਦੀ ਹੈ ਨਾ ਬੇਸ਼ੱਕ ਇਹਦਾ ਕੰਮ ਆ ਤੇ ਘੋੜੀਆਂ ਵਾਲੇ ਭਰਾ ਜਿੰਨੇ ਉਹ ਵੀਰ ਨੂੰ ਜਰੂਰ ਮੌਕਾ ਦਿਆ ਕਰੋ ਵੇਖੋ ਬਾਈ ਉਹ ਜਗਰਾਮਾਂ ਤੋਂ ਚੱਲ ਕੇ ਇੱਥੇ ਸਾਡੇ ਕੋਲੇ ਆਇਆ ਸਪੈਸ਼ਲ ਹਨਾ ਅੱਜ ਕੱਲ ਇੱਧਰ ਕਿੱਧਰ ਮੋੜਾ ਕਹਿੰਦੀ ਗਿਆ ਸੀ ਜੰਟੇ ਇੱਧਰ ਗਿਆ ਸੀ ਮੇਰੇ ਵੀਰ ਮੋੜਾ ਕਹਿੰਦੀ ਗਿਆ ਸੀ ਇਹ ਮੋੜ ਮੰਡੀ ਹੈ ਨਹੀਂ ਕਾ ਬਾਈ ਰੱਖਦਾ ਘੋੜੀਏ ਹੂੰ ਮੋੜ ਮੰਡੀ ਕਹੀ ਹੈ ਇੱਕ ਤਾਂ ਬਾਈ ਬਿੰਦਰਾ ਹੋਰ ਇੱਕ ਦੋ ਜਣੇ ਹੋ ਸਾਰੇ ਜਿਹੜੇ ਹੈ ਨਾ ਮੇਰੇ ਵੀਰ ਨੂੰ ਦੇਣਾ ਆਸ਼ੀਮੇ ਮਸਾਲਾ ਇੱਧਰ ਠੀਕ ਹੈ ਠੀਕ ਹੈ ਤੇ ਬਾਈ ਫਿਰਦੀ ਰਹਿੰਦਾ ਤੁਸੀਂ ਸੰਪਰਕ ਕਰ ਲਿਓ ਵੀ ਆਪਣਾ ਜਿਵੇਂ ਹੁਣ ਕੋੜੀ ਕੋਈ ਰਹਿੰਦੀ ਨਾ ਹੋ ਬਾਈ ਗਾਰੰਟੀ ਆਪਣੀ ਪੈਸੇ ਭਾਵੇਂ ਬਾਅਦ ਚ ਦੇ ਦੋ ਕੋਈ ਗਾਂ ਮਜ ਰਿੰਦੀ ਨਾ ਹੋ ਬੋਲਦੀ ਨਾ ਹੋ ਕੋਦੀ ਵੀ ਆਪਣੀ ਗਾਰੰਟੀ ਅਸੀਂ 40 ਦਿਨਾਂ ਦਾ ਪਸ਼ੂ ਦੱਸ ਦਿੰਦੇ 40 ਦਿਨਾਂ ਦਾ ਪਸ਼ੂ ਦੱਸ ਦਿੰਨੇ ਹਾਂ ਗੱਬਣ ਫੰਡ ਹੂੰ ਗੱਬਣਾ ਜਾਂ ਫੰਡਰ ਆ ਤੇ ਕਈ ਵਾਰੀ ਹੁਣ ਬਹੁਤ ਪ੍ਰੋਬਲਮ ਹੈ ਬਹੁਤ ਆ ਰਹੀ ਹੈ ਖਾਸ ਕਰਕੇ ਘੋੜੀਆਂ ਚ ਵੀ ਘੋੜੀਆਂ ਰਹਿੰਦੀਆਂ ਨਹੀਂ ਯਾਰ ਬਾਰੀ ਬਾਰੀ ਕੂੜਾ ਦੇ ਜੰਨੇ ਆ ਕਈ ਵਾਰੀ ਆਪਾਂ ਡਾਕਟਰਾਂ ਨੂੰ ਵੀ ਬੜੀ ਮੋਟੀ ਫੀਸ ਦਿੰਨੇ ਆ ਇਹ ਚੀਜ਼ ਚ ਦਿੰਦੇ ਵੀ ਤੇ ਡਾਕਟਰਾਂ ਦਾ ਵੀ ਹਾਂ ਡਾਕਟਰਾਂ ਦਾ ਵੀ ਹੱਕ ਬੰਦਾ ਵੈਸੇ ਚਲੋ ਜੇ ਜਦੋਂ ਮਿਹਨਤ ਕਰਦੇ ਨੇ ਤੇ ਪਰ ਦੋਸਤੋ ਐਵੇਂ ਆ ਵੀ ਇਧਰ ਆਪਣੇ ਏਰੀਆ ਚ ਜਾਂਟਾ ਫਿਰਦਾ ਰਹਿੰਦਾ ਮੋਕਸਰ ਬਠੰਡਾ ਬਰਨਾਲਾ ਹੋ ਗਿਆ ਮੂਗਾ ਹੋ ਗਿਆ ਮੂਗਾ ਦਾ ਤੇਰਾ ਆਵਾਜ਼ ਆਇਰ ਗਿਆ ਨਾ ਜਗਰਾਉਂ ਲੁਧਿਆਣਾ ਲੁਧੂਣਾ ਹੂੰ ਤੇ ਭਰਾ ਨੂੰ ਸੰਪਰਕ ਜ਼ਰੂਰ ਕਰ ਲਓ ਜੇ ਕਿਸੇ ਵੀਰ ਭਰਾ ਨੇ ਮਸਾਲਾ ਬਣਾਉਣਾ ਹੋਵੇ ਬਾਕੀ ਵੀਡੀਓ ਚੰਗੀ ਲੱਗੀ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਟੇ ਵੀ ਤੇਰਾ ਵੀ ਬਹੁਤ ਬਹੁਤ ਧੰਨਵਾਦ